ਸਲੰਸਰ ਮੋਡੀਫਾਈ ਕਰੀ ਆਪ ਫਿਰਦੇ ਫੁਕਰੇ ਵਾਂਗੂ ਉਹ ਤੇ ਟਾਇਰ ਦੇਖ ਲੋ ਉਹਨਾਂ ਦੇ ਸਰੇਆਮ ਗੁੰਡਾਗਰੀ ਗਰਦੀਆਂ ਕਰਦੇ ਨੇ ਤੇ ਮੋਟਰਸਾਈਕਲ ਨੂੰ ਸਾਈਡ ਤੇ ਲਾ ਕੇ ਆਪ ਬੁਲਟ ਦਾ ਇਹ ਪੁਲਿਸ ਮੁਲਾਜ਼ਮ ਧੱਕਾ ਦੇਖ ਲੋ ਸਨਿਆਮ ਧੱਕਾ ਹੈ ਆਪ ਸਾਲਿਆਂ ਨੇ ਮੋਡੀਫਾਈ ਕੀਤਾ ਹੋਇਆ ਹੈ ਆਪਣੇ ਟਾਇਰ ਦੇਖ ਲੋ ਉਹਨਾਂ ਦੇ ਤੇ ਸਾਡੇ ਸਿੱਖਾਂ ਨੂੰ ਜਬਰਨ ਤੰਗ ਕਰ ਰਹੇ ਨੇ ਸੋ ਇਹ ਹੈ ਟ੍ਰੈਫਿਕ ਚੰਡੀਗੜ੍ਹ ਟ੍ਰੈਫਿਕ ਪੁਲਿਸ ਬਾਈ ਜਿਹੜੀ ਲੋਕਾਂ ਨੂੰ ਕਹਿੰਦੀ ਹੈ ਵੀ ਆਪ ਤੁਸੀਂ ਸੁਧਰੋ ਪਰ ਅਸੀਂ ਵਿਗੜਨਾ ਇਹ ਵਿਗੜੇ ਹੋਏ ਟ੍ਰੈਫਿਕ ਪੁਲਿਸ ਹੈ ਜਿਹੜੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਹੈ ਇਹਨਾਂ ਦੇ DSP ਇਹਨਾਂ ਦੇ SSP ਨੂੰ ਸਾਡੀ ਬੇਨਤੀ ਹੈ ਵੀ ਆਪਣੇ ਪਹਿਲਾਂ ਮੁਲਾਜ਼ਮਾਂ ਨੂੰ ਚੈੱਕ ਕਰੋ ਉਹਨਾਂ ਦੇ ਬੁਲਟ ਮੋਟਰਸਾਈਕਲ ਕਹੇ ਜੇ ਹੈ ਫਿਰ ਤੁਸੀਂ ਆ ਕੇ ਚੰਡੀਗੜ੍ਹ ਦੇ ਇੱਥੇ ਆ ਕੇ ਇਹਨਾਂ ਦੀ ਪੀਸਫੁਲ ਚੰਡੀਗੜ੍ਹ ਨੂੰ ਬਣਾ ਸਕਦੇ ਪਹਿਲਾਂ ਆਪਣੇ ਮੁਲਾਜ਼ਮਾਂ ਦੇ ਹਾਲਤ ਵੇਖੋ ਕਿਆ ਦੇਖੋ ਜੀ ਧੱਕਾ ਹੋ ਰਿਹਾ ਸਰਿਆਮ ਇਹ ਮੈਂ ਨਹੀਂ ਕਰਾ ਜੀ ਇਹਨੂੰ ਕਰੋ ਚੈੱਕ ਔਰ ਮੰਨ ਨਹੀਂ ਰਹੇ ਹੈ ਇਹ ਦੇਖੋ ਇਹ ਬਿਨਾਂ ਵਾਸਤੇ ਧੱਕਾ ਕਰ ਰਹੇ ਮੈਂ ਕਿਹਾ ਵੀ ਸਲੰਸਰ ਚੈੱਕ ਕਰੋ ਸਲੰਸਰ ਨਹੀਂ ਚੈੱਕ ਕਰ ਰਹੇ ਰੋਕ ਰੋਕ ਕੇ ਬਿਨਾਂ ਵਾਸਤੇ ਧੱਕਾ ਕਰ ਰਹੇ ਪਹਿਲਾਂ ਇਹਨੇ ਚਲਾਨ ਕੱਟਿਆ ਮੇਰਾ ਦੁਬਾਰਾ ਤੇ ਚਲਾਨ ਕੱਟ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਰਿਆਮ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਕਦੀ ਸਾਡੇ ਬੱਚਿਆਂ ਦੇ ਪੇਪਰ ਨਹੀਂ ਹੋਣ ਦੇ ਰਹੇ ਕਹਿੰਦੇ ਕੜੇ ਲਾ ਕੇ ਪੇਪਰ ਦਿਓ ਕਦੇ ਸਾਨੂੰ ਟ੍ਰੈਫਿਕ ਵਾਲੇ ਤੰਗ ਕਰ ਰਹੇ ਆ ਸਰਿਆਮ ਬੁਲਟ ਕੋਈ ਮੋਡੀਫਾਈ ਨਹੀਂ ਹੋਇਆ ਪਿਆ ਕੋਈ ਪਟਾਕਾ ਨਹੀਂ ਮਾਰ ਰਿਹਾ ਕੋਈ ਸਲੰਸਰ ਆਵਾਜ਼ ਨਹੀਂ ਕਰ ਰਿਹਾ ਜਬਰਨ ਧੱਕਾ ਸਿੱਖਾਂ ਦੇ ਨਾਲ ਹੋ ਰਿਹਾ ਇਹ ਸਿੱਖ ਬੱਚਿਆਂ ਨਾਲ ਹੀ ਰੁਕ ਰਹੇ ਆ ਉਹਨੇ ਭਈਆ ਚਾਰ ਚਾਰ ਵਾਰੀ ਮੋਟਰਸਾਈਕਲ ਦੇ ਉੱਪਰ ਟ੍ਰਿਪਲੀ ਚੋਪਰੀ ਮਾਰ ਕੇ ਜਾ ਰਹੇ ਆ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ 100-100 ਰੁਪਈਏ 10-10 ਰੁਪਈਏ ਵੀ ਜੇਬਾਂ ਤੋਂ ਕਢਾ ਕੇ ਛੱਡ ਦਿੰਦੇ ਆ ਉਹਨਾਂ ਨੂੰ ਪਰ ਸਿੱਖ ਦੇ ਬੱਚਿਆਂ ਨਾਲ ਕੋਈ ਸਰਿਆਮ ਧੱਕਾ ਹੋ ਰਿਹਾ ਆ ਬੱਚੇ ਕੋਈ ਸੁਣਵਾਈ ਨਹੀਂ ਪੇਪਰ ਵੀ ਦੇਣ ਜਾਣਾ ਨਾ ਬੱਚਿਆਂ ਨੇ ਪੇਪਰ ਦੇਣ ਜਾਣਾ ਘੰਟਾ ਉਰੀ ਲੇਟ ਹੋ ਗਿਆ ਦੇਖੋ ਆ ਮੁੰਡਾ ਖੜਿਆ ਜੀ ਲਾਲ ਪੱਗ ਵਾਲਾ ਅਮੋਲ ਸਿੰਘ ਇਹਦੇ ਨਾਲ ਹੋਇਆ ਜੀ ਧੱਕਾ ਹੈ ਸਰਿਆਮ ਅਸੀਂ ਚੰਡੀਗੜ੍ਹ ਤੋਂ ਹੈ ਸਾਰੇ ਹਮਾਇਤੀ ਪਹੁੰਚੇ ਹੋਏ ਆ ਉਰੇ ਅੱਜ ਤੇ ਕੋਈ DSP ਟ੍ਰੈਫਿਕ ਤੇ DSP ਅਸਿਸਟੈਂਟ ਕੋਈ ਫੋਨ ਨਹੀਂ ਚੱਕ ਰਿਹਾ ਹੈਗਾ 1075 ਵਾਰੀ 1073 ਦੇ ਉੱਪਰ ਫੋਨ ਕਰਿਆ ਕਾਫੀ ਵਾਰ ਕਰ ਲਿਆ ਫੋਨ ਕੋਈ ਰਿਪਲਾਈ ਨਹੀਂ ਕੋਈ ਜਵਾਬ ਨਹੀਂ PCR ਨੂੰ ਵੀ ਹੁਣ ਫੋਨ ਕਰਿਆ PCR ਪਹੁੰਚੀ ਹੈ ਹੁਣ ਸਾਡੇ ਸਾਹਮਣੇ ਚਲਾਨ ਕੱਟ ਕੇ ਚਲੇ ਚਲੇ ਉਹ ਚਲਾਨ ਕੱਟ ਕੇ ਰਾਮਵੀਰ ਸਿੰਘ ਹੈਗੇ ਨੇ ਉਹ ਚਲਾਨ ਕੱਟ ਕੇ ਜਬਰਨ ਗਏ ਨੇ ਤੇ ਇੱਥੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਕੱਠੇ ਹੋ ਰਹੇ ਆ ਉਸੇ ਟਾਈਮ ਤੋੜ ਗਏ ਆ ਜੇ ਮੌਕੇ ਤੇ ਡਿਊਟੀ ਲੱਗੀ ਆ ਮੌਕੇ ਦੇ ਆਫੀਸਰ ਨੇ ਤਾਂ ਉਹਨਾਂ ਦੇ ਰਾਈਟ ਬਣ ਦੇ ਖੜ ਕੇ ਆਪਣਾ ਚਲਾਨ ਕਰਨ ਹੋਰ ਜ਼ਿੰਮੇਵਾਰੀ ਨਿਭਾਉਣ ਆਪਣੀ ਉਹ ਦੌੜੇ ਕਿਉਂ ਨੇ ਉਹ ਚੋਰ ਨੇ ਕਿਸੇ ਖਾਸ ਥਾਂ ਦੇ ਆ ਦੇਖ ਲਓ ਬਾਈ ਜੀ ਆਪਣੇ ਸਿੱਖਾਂ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਖਾਸ ਕਰ ਪੱਗਾਂ ਦੇ ਉੱਪਰ ਅਟੈਕ ਹੈ ਸਿੱਧਾ ਹਮਲਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਆਪਣੇ ਜਾਗਰੂਕ ਨੇ ਆਓ ਇਹਨਾਂ ਨੂੰ ਨੱਥ ਪਾਈਏ ਪੂਰੇ ਸਰਿਆਮ ਖੜ ਕੇ ਇੰਨੇ ਪੈਸੇ ਇਕੱਠੇ ਕਰਦੇ ਨੇ ਇੱਥੇ ਡਿਊਟੀਆਂ ਲਵਾਉਣ ਵਾਸਤੇ ਇਹ ਆਪਣੇ ਪੈਸੇ ਦਿੰਦੇ ਨੇ ਹਫ਼ਤਾ ਦਿੰਦੇ ਨੇ ਔਰ ਤਾਂ ਜਾ ਕੇ ਇੱਥੇ ਲੋਕਾਂ ਨੂੰ ਨਜਾਇਜ਼ ਨੌਜਵਾਨ ਬੱਚਿਆਂ ਨੂੰ ਤੰਗ ਕਰਦੇ ਨੇ ਠੀਕ ਹੈ ਜਿਹੜੇ ਬਦਮਾਸ਼ੀ ਕਰਦੇ ਨੇ ਕਰੋ ਪਰ ਤੁਸੀਂ ਨਜਾਇਜ਼ ਸਾਊ ਬੱਚਿਆਂ ਨੂੰ ਐਂ ਤੰਗ ਕਰਕੇ ਉਹਨਾਂ ਦੇ ਜਬਰੀ ਉਹਨਾਂ ਦੇ ਪੇਪਰ ਰੋਕਦੇ ਹੋ ਇਹ ਸਾਰੇ ਦੇਖ ਰਹੇ ਹਾਂ ਸੋ ਇਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਜਿਹੜੇ ਸਾਡੇ ਫੋਨ ਵੀ ਨਹੀਂ ਚੱਕ ਰਹੇ ਸਾਡੇ ਕਹੇ ਤੇ ਆ ਵੀ ਨਹੀਂ ਰਹੇ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਜੇ ਇਸ ਤਰ੍ਹਾਂ ਕਰੋਗੇ ਤਾਂ ਨੌਜਵਾਨਾਂ ਦਾ ਜਿਹੜਾ ਆਕਰੋਸ਼ ਹੈ ਵਧੇਗਾ ਉਹ ਰੋਡਾਂ ਤੇ ਆ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।